अस्सलामुअलैकुम मसेरों, क्या हाल चाल है? ठीक हो? मसेरों है सोलर पैनल मोटर है। 12 12 प्लेटा है, एक स्टैंड ते दो स्टैंड इन 24 प्लेटा ने। इस ते दूसरा स्टैंड है, ये दा आदि मोटर है। ये तले खूह है, खूह दे विच मोड़ खूह ही मराई हुई है 40 फुट। इतू है पानी खिंच के लैम दी ते आई तुहानूं दस्सना सोलर पैनल इनवर्टर किवें लावणा तारां नाल, उहदा की तरीकाकार है। तबीयत नहीं सैट होंदी पई, हफ्ता हो गया नज़ला ज़ुकाम। एस इनवर्टर है जी, सोलर पैनल, इहनूं इत्थों खोलिंदे आ। ਐ ਜੀ ਇਹ ਹੁਣ ਇਹਨਾਂ ਜੀ ਮੋਟਰ ਦੀਆਂ ਤਾਰਾਂ, ਉਹ ਇਹਨ ਪਲੇਟਾਂ ਦੀਆਂ ਤਾਰਾਂ, ਸੋਲਰਾਂ ਦੀਆਂ। ਇਹ ਦੋ ਦੋ ਇਹ ਥੱਲੇ ਨਾਨੂੰ ਅਸਾਂ ਲਾਉਣਾ ਇਹਨਾਂ ਦੇ ਨਾਲ ਇਨਵਰਟਰ ਦੇ ਵਿੱਚ। ਇਹ ਦੋਸਤੋ ਇਹਦਾ ਅੰਦਰ ਵਾਲਾ ਹਿੱਸਾ ਇਨਵਰਟਰ ਦਾ, ਸੋਲਰ ਪੈਨਲ ਇਨਵਰਟਰ ਆ। ਇਹਦਾ ਮੋਟਰ ਜਿੱਥੇ ਲਿਖਿਆ ਨਾ ਮੋਟਰ UVW, ਇੱਥੇ ਮੋਟਰ ਦੀ ਤਾਰਾਂ ਲੱਗ ਸਨ। ਜਿੱਥੇ ਆ ਪਾਵਰ ਲਿਖਿਆ ਇੱਥੇ ਪਲੇਟਾਂ ਦੀ ਤਾਰਾਂ ਲੱਗ ਸਨ। ਆਰ ਤੇ ਕਰੰਟ ਲੱਗ ਸੀ ਟੀ ਤੇ, ਦੂਈ ਲੱਗ ਸੀ ਆਰਥ ਦੀ। ਇਹਦਾ ਕੋਈ ਮਸਲਾ ਨਹੀਂ, ਕਰੰਟ ਆਰਥ ਦੇ ਲਾ ਲਈ ਉਹ ਚੱਲ ਜਾਂਦੀ ਹੈ। ਬਾਕੀ ਹੁਣ ਤੁਹਾਨੂੰ ਲਾ ਕੇ ਚੈੱਕ ਕਰਿੰਦੇ ਹਾਂ ਚਲਾ ਕੇ। ਇਹ ਮਸੇਰੋ ਹੁਣ ਮੋਟਰ ਦੀਆਂ ਤਾਰਾਂ ਲੱਗ ਗਈਆਂ। ਯੂ ਤਾਂ ਲੱਗੀ ਹੈ ਕਰੰਟ ਵਾਲੀ, ਵੀ ਅਤੇ ਉਹ ਜਿਹੜੀ 3 ਫੇਸ ਮੋਟਰ ਹੈ ਨਾ ਉਸ ਵਾਸਤੇ ਨਿਊਟਰਲ। UVW ਤਾਂ ਲੱਗੀ ਹੈ ਜੀ ਅਰਥ ਵਾਲੇ। ਹੁਣ ਰਹਿ ਗਈਆਂ ਸਾਡੀਆਂ ਕਰੰਟ ਵਾਲੀਆਂ ਪਾਵਰ ਦੀਆਂ ਤਾਰਾਂ, ਉਹ ਲਾਉਣੀਆਂ। ਇਹ ਜੀ ਹੁਣ ਅਸਾਂ ਅਰਥ ਲਾ ਛੱਡਿਆ ਟੀ ਤੇ, ਅਤੇ ਅਰਥ ਕਰੰਟ ਲਾ ਛੱਡਿਆ। ਹੁਣ ਸਾਡਾ ਹੋ ਗਿਆ ਕੰਪਲੀਟ, ਕਰੰਟ ਸ਼ੋ ਹੋ ਰਿਹਾ ਇੱਥੇ ਇਨਵਰਟਰ 'ਤੇ। ਬਾਕੀ ਹੁਣ ਬਿਸਮਿਲ੍ਲਾ ਪੜ੍ਹ ਕੇ ਇਹਨੂੰ ਗੇੜਾ ਦਿੰਦੇ ਹਾਂ। ਲੱਗ ਗਿਆ ਜੀ ਗੇੜਾ ਇਹਦਾ, ਮੋਟਰ ਸਟਾਰਟ ਹੋ ਰਹੀ। ਇਹ ਵੇਖ ਦਿਓ ਖੂਹ ਹੀ ਹੈ, ਖੂਹ ਦੇ ਵਿੱਚ ਖੂਹ ਹੀ ਹੈ। ਕਮਰ 10 ਫੁੱਟ 3 ਫੁੱਟ ਖੂਹ ਹੈ, 10 ਫੁੱਟ ਖੂਹ ਹੀ ਹੈ, 40 ਫੁੱਟ ਤੋਂ ਪਾਣੀ ਛਿੱਕਣਾ ਹੈ 10 ਦਿਨ ਤੋਂ। ਇਹ ਪਾਣੀ ਆ ਰਿਹਾ ਇਹਦਾ ਜੀ, ਪਹਿਲਾਂ ਸਟਾਰਟਿੰਗ ਹੈ, ਹੁਣ ਚਲਾਈਏ ਆਸਤਾ ਆਸਤਾ, ਇਹਦਾ ਪ੍ਰੋਗਰੈਸ ਵੱਧ ਜਾ। ਵੇਖ ਸਕਦੇ ਹੋ ਸਾਰੇ ਪਿਆ, ਜਿਵੇਂ ਜਿਵੇਂ ਪਲੇਟਾਂ ਗਰਮ ਹੁੰਦੀਆਂ ਜਾ ਸਕਣ, ਉਂਝ ਉਂਝ ਪਾਣੀ ਵੱਧਦਾ ਜਾ ਸਕੇ। 10 ਦੀ ਮੋਟਰ ਹੈ, 24 ਪਲੇਟਾਂ ਨੇ, ਇੱਥੇ ਡਬਲ ਸਟੈਂਡ ਹੈ। ਇਹ ਸਾਡੇ ਚਾਚੇ ਹੋਰੀ ਆਏ ਨੇ ਪਾਣੀ ਲਾਉਣ ਵਾਸਤੇ, ਕਣਕ ਦੀ ਕੋਰ ਬੰਨੂ ਹੈ ਨੇ 1 ਵੀਘੇ ਦੀ। ਚਾਚਾ ਵੀਘਾ ਕਰ ਜਾ ਸੀ ਤੁਹਾਡਾ ਤੁਣ ਕੇ? ਅੱਛਾ, ਅਤੇ ਇੱਥੋਂ ਪਾਣੀ ਨੂੰ ਕਿੰਨਾ ਕੁ ਸਫ਼ਰ ਹੈ? ਮੁਰੱਬਾ ਇੱਕ ਬਣ ਜਾਂਦਾ ਸਵਾ ਮੁਰੱਬਾ ਹੈ ਜਿੱਥੇ ਪਾਣੀ ਜਾਵਣਾ ਇਹਦਾ, ਅਤੇ ਵੀਘਾ ਹੋ ਜਾਵਣਾ ਕਣਕ ਦੀ ਕੋਰ ਦਾ। ਚਲੋ ਠੀਕ ਹੋ ਗਿਆ।